ਤੁਹਾਨੂੰ ਸਭ ਨੂੰ ਪਤਾ ਹੈ ਕਿ ਟਾਈਮ ਜਿਹੜਾ ਹੋ ਚੁੱਕਿਆ 27 ਤਰੀਕ ਤੜਕੇ 3 ਵਜੇ ਦਾ ਹੋ ਚੁੱਕਿਆ। ਕੱਲ 26 ਤਰੀਕ ਨੂੰ ਸਾਡੇ ਪਿੰਡ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਗਿਆ ਸੀ, ਠੀਕ ਹੈ, ਜਿਸ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਬਰਸਾਲਪੁਰ ਤੇ ਕੜਿਆਣੇ ਦੀ ਟੀਮ ਪਹੁੰਚੀ ਸੀਗੀ, ਠੀਕ ਹੈ ਜੀ, ਜਿਹਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਡਾਂ ਪੈਣਗੀਆਂ ਵੀ ਤਾਂ ਅਸੀਂ ਜਿਹੜੇ ਇਨਾਮ ਖਿਡਾਰੀਆਂ ਨੂੰ ਦਊਂਗੇ, ਬਟ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ, ਖਾਸ ਕਰਕੇ ਦਰਵਿੰਦਰ ਘਾਗੇ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਡਾਂ ਨਹੀਂ ਪਾਉਣੀਆਂ ਹੈਗੀਆਂ, ਇਹਨਾਂ ਨੂੰ ਘੱਟ ਕਰੂ। ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੂ, ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 20.5 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆ ਗਏ ਕਿ 20.5 ਜਾਂ 21 ਰੇਡਾਂ ਦੇ ਹੀ ਅਸੀਂ ਮੈਚ ਖੇਡਾਂਗੇ। ਤੇ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ, ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ, ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ, ਉਹਨਾਂ ਦੇ ਜਾਫੀ ਵੱਲੋਂ ਜੱਫਾ ਲਾਇਆ ਗਿਆ ਸੀ, ਬਟ ਜਿਹੜਾ ਸਾਡਾ ਰੈਫਰੀ ਸੀਗਾ ਉਹਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਆਪਣਾ ਬਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ, ਤੇ ਬਟ ਜਿਹੜੀ ਦੂਸਰੀ ਟੀਮ ਸੀਗੀ ਸਾਡੀ ਉਹਨਾਂ ਨੇ ਉਹ ਚੀਜ਼ 'ਤੇ ਹੋਲਡ ਲਿਆ ਕਿ ਇਹ ਪੁਆਇੰਟ ਦਾ ਮਸਲਾ ਹੈ, ਅਤੇ ਉਹ ਪੁਆਇੰਟ ਐਂਡ ਤੱਕ ਹੋਲਡ ਰਿਹਾ। ਜਦੋਂ ਮੈਚ 20 ਰੇਡਾਂ 'ਤੇ ਪਹੁੰਚ ਗਿਆ, 20 ਪੁਆਇੰਟਾਂ 'ਤੇ ਪਹੁੰਚ ਗਿਆ, ਤਾਂ ਉਸ ਟਾਈਮ ਰੈਫਰੀ ਨੇ ਦੂਸਰੀ ਟੀਮ ਨੂੰ ਬਰਸਾਲਪੁਰ ਦੀ ਟੀਮ ਨੂੰ ਇਹ ਕਹਿਤਾ ਕਿ ਤੁਸੀਂ ਜਿੱਤ ਗਏ, ਕੱਪੜੇ ਪਾ ਲਓ, ਮੈਚ ਖਤਮ ਕਰਤਾ, ਅਤੇ ਉਹਨਾਂ ਨੇ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਉਹਨਾਂ ਦੇ ਖਾਤੇ ਵਿੱਚ ਦੇਤਾ। ਬਟ ਜਦੋਂ ਕਮੇਟੀ ਨੇ ਅਤੇ ਦਰਸ਼ਕਾਂ ਨੇ ਸਾਰਿਆਂ ਨੇ ਵਾਰ ਵਾਰ ਰੀਪਲੇ ਦੇਖਿਆ, 5 ਵਾਰੀ ਅਸੀਂ ਰੀਪਲੇ ਚਲਾਇਆ ਹੋਊਗਾ ਘੱਟੋ ਘੱਟ, ਅਤੇ ਬਕਾਇਦਾ ਸਲੋ ਕਰਕੇ ਵੀਡੀਓ ਜ਼ੂਮ ਕਰਕੇ ਦੇਖਿਆ, ਤੁਸੀਂ ਵੀ ਦਰਸ਼ਕ ਵੀਰ ਵੀ ਦੇਖ ਸਕਦੇ ਹੈ ਉਹਨੂੰ, ਠੀਕ ਹੈ, ਅੱਜ ਵੀ ਉਹ ਲਾਈਵ 'ਤੇ ਪਿਆ, ਸਟਾਰ ਫਤਿਹ 'ਤੇ ਪਿਆ, ਠੀਕ ਹੈ, 1-2-3 'ਤੇ ਪਿਆ, ਤੁਸੀਂ ਦੇਖ ਸਕਦੇ ਹੋ ਜਿਹਦੇ 'ਤੇ ਤੁਸੀਂ ਹੁਣ ਤੱਕ ਸਾਰਾ ਮੇਲਾ ਦੇਖਦੇ ਆਏ ਹੋ, ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜੂਗਾ। ਕਮੇਟੀ ਦੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ, ਅਸੀਂ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਫੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਖਿਡਾਰੀ ਦਾ ਨਾਮ ਪ੍ਰਤਾਪ ਨੂੰ ਦਿੱਤਾ, ਕਿਉਂਕਿ ਉਹ ਉਹਦਾ ਬਣਦਾ ਸੀਗਾ। ਬਟ ਘਾਗੇ ਵਾਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਇਹ ਮੇਰਾ ਬਣਦਾ ਸੀਗਾ, ਉਹ ਪੁਆਇੰਟ ਪਿੱਛੇ ਹੀ ਹੋਇਆ, ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ 4 ਰੇਡਾਂ ਘੱਟੋ ਘੱਟ ਰਹਿੰਦੀਆਂ ਸੀਗੀਆਂ ਪੈਣ 'ਤੇ, 2-2 ਰੇਡਾਂ ਹੋਰ ਪੈਣੀਆਂ ਸੀ, ਬਟ ਉਹ ਨਾ ਉਹ ਖੇਲਣ ਆਏ ਆ। ਕਮੇਟੀ ਉਰੇ 2 ਘੰਟੇ ਮੈਚ ਨੂੰ ਅਨਾਊਂਸਮੈਂਟ ਕਰਦੀ ਰਹੀ ਆ ਵੀ ਤੁਸੀਂ ਆਓ, ਬਾਕੀ ਨਾਲ ਮੈਚ ਖੇਲੋ ਅਤੇ ਫੈਸਲਾ ਅਸੀਂ ਕਰ ਸਕੀਏ, ਬਟ ਉਹ ਨਹੀਂ ਆਏ, ਅਤੇ ਹੁਣ ਉਹ ਇਹੀ ਚੀਜ਼ 'ਤੇ ਅੜੇ ਹੋਏ ਨੇ ਕਿ ਜਿਹੜਾ ਟਰੈਕਟਰ ਹੈ ਸਾਡਾ ਬਣਦਾ ਹੈ ਅਤੇ ਸਾਨੂੰ ਦੋ। ਸਾਡੇ ਕੋਲ ਉਹਨਾਂ ਦਾ ਫਸਟ ਪ੍ਰਾਈਜ਼ ਬਣਦਾ ਸੀਗਾ, 75,000 ਰੁਪਇਆ ਨਾਮ ਹੈ, ਅਤੇ ਉਹਨਾਂ ਦੇ ਟੀਮ ਦਾ ਬੈਸਟ ਰੇਡਰ ਹੈ ਇੱਕ, ਆਹ ਟਰੈਕਟਰ ਸਾਡੇ ਕੋਲ ਖੜ੍ਹਾ, ਤੁਸੀਂ ਦੇਖ ਸਕਦੇ ਹੋ। ਇਹ ਵੀ ਉਹ ਲੈ ਕੇ ਨਹੀਂ ਗਏ, ਗੁਰਵਿੰਦਰ ਘਾਗੇਆਣੇ ਦੀਆਂ ਰੇਟਾਂ 'ਤੇ 47,000 ਰੁਪਇਆ ਜੱਫੇ 'ਤੇ ਲੱਗਿਆ ਸੀ ਉਹਦੀਆਂ 'ਚ, ਅਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ, ਉਹ ਸਾਰਾ ਚੀਜ਼ ਸਾਡੇ ਕੋਲ ਛੱਡ ਕੇ ਗਿਆ, ਸਾਡੇ ਕੋਲ ਤਿਆਰ ਖੜੀ ਹੈ, ਉਹ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਨੇ। ਪਹਿਲਾ ਨਾਮ ਉਹਨਾਂ ਦਾ 75,000 ਹੈ, ਇੱਕ ਉਹਨਾਂ ਦਾ ਰੇਟਰ ਹੈ, ਉਹਦਾ ਇਹ ਟਰੈਕਟਰ ਬਣਦਾ, ਠੀਕ ਹੈ ਜੀ। ਅਤੇ ਜੇ ਤੁਹਾਨੂੰ ਕਿਤੇ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ 'ਤੇ ਕਿ ਕਮੇਟੀ ਦਾ ਕਿਤੇ ਕਸੂਰ ਹੈਗਾ, ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਹੈ। ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ, ਬਟ ਉਹ ਚਾਹੁੰਦਾ ਹੈ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲਾ ਉਹ ਮੈਨੂੰ ਦਿੱਤਾ ਜਾਵੇ, ਜਦੋਂ ਕਿ ਉਹ ਉਹਦਾ ਬਣਦਾ ਨਹੀਂ ਹੈ। ਦਰਸ਼ਕਾਂ ਨੇ ਵੀ ਦੇਖਿਆ, ਫੈਸਲਾ ਵੀ ਦਿੱਤਾ, ਅਤੇ ਕਮੇਟੀ ਨੇ ਵੀ ਸਾਰੇ ਨੇ ਦੇਖਿਆ, ਲਾਈਵ ਅਸੀਂ ਘੱਟੋ ਘੱਟ 5 ਵਾਰ ਦੇਖੇ ਰੀਪਲੇ ਕਰਕੇ, ਅਤੇ ਅਸੀਂ ਹਜੇ ਤੱਕ ਇੱਥੇ ਖੜ੍ਹੇ ਹਾਂ, ਉਹਨਾਂ ਦਾ ਵੇਟ ਕਰ ਰਹੇ ਹਾਂ ਵੀ ਉਹ ਆਪਣਾ ਇਨਾਮ ਲੈ ਕੇ ਜਾਣ ਸਾਡੇ ਕੋਲੋਂ। ਕਮੇਟੀ
ਟਾਈਮ ਦੇਖ ਲਓ, ਤੁਹਾਨੂੰ ਘੜੀ ਦੇ ਨੋਟ ਕਰਵਾ ਦਿੰਦੇ ਆ, 3:15 ਹੋ ਗਏ ਨੇ, 27 ਤਰੀਕ ਹੋ ਗਈ ਆ, 26 ਤਰੀਕ ਨੂੰ ਸਾਡਾ ਮੈਚ ਠੀਕ ਹੈ ਜੀ। ਤੇ ਆਪਣਾ ਬੈਸਟ ਰੇਡਰ ਵਾਲਾ ਟਰੈਕਟਰ ਤੇ ਇਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47,000 ਰੁਪਇਆ ਸਾਡੇ ਕੋਲ ਪਿਆ, ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।